ਉਤਪਤ ਬਾਪ 22 ਅਬਰਾਹਮ ਦਾ ਪਰਤਾਵਾ ਇਹਨਾਂ ਗੱਲਾਂ ਦੇ ਪਿੱਛੋਂ ਐਉਂ ਹੋਇਆ ਕਿ ਪਰਮੇਸ਼ਵਰ ਨੇ ਅਬਰਾਹਮ ਨੂੰ ਪਰਤਾਇਆ ਅਤੇ ਉਸ ਨੂੰ ਆਖਿਆ "हे ਅਬਰਾਹਮ" ਅੱਗੋਂ ਉਸ ਨੇ ਆਖਿਆ "ਮੈਂ ਹਾਜ਼ਰ ਹਾਂ" ਤਾਂ ਉਸ ਨੇ ਆਖਿਆ "ਹੁਣ ਤੂੰ ਆਪਣੇ ਪੁੱਤਰ ਨੂੰ ਹਾਂ ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈ ਅਰਥਾਤ ਇਜ਼ਹਾਕ ਨੂੰ ਲੈ ਕੇ ਮੋਰੀਆ ਦੀ ਧਰਤੀ ਨੂੰ ਜਾ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਛੜਾ ਤਦ ਅਬਰਾਹਮ ਨੇ ਤੜਕੇ ਉੱਠ ਕੇ ਆਪਣੇ ਗਧੇ ਉੱਤੇ ਪਲਾਣਾ ਕੱਸਿਆ ਔਰ ਆਪਣੇ ਦੋ ਜਵਾਨ ਔਰ ਆਪਣੇ ਪੁੱਤਰ ਇਜ਼ਹਾਕ ਨੂੰ ਨਾਲ ਲਿਆ ਔਰ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਔਰ ਉੱਠ ਕੇ ਉਸ ਥਾਂ ਨੂੰ ਤੁਰ ਪਿਆ ਜਿਹੜੀ ਪਰਮੇਸ਼ਵਰ ਨੇ ਉਸ ਨੂੰ ਦੱਸੀ ਸੀ ਤਾਂ ਤੀਜੇ ਦਿਨ ਅਬਰਾਹਮ ਨੇ ਆਪਣੀ ਅੱਖਾਂ ਚੁੱਕ ਕੇ ਉਸ ਥਾਂ ਨੂੰ ਦੂਰੋਂ ਡੱਠਾ ਤਾਂ ਅਬਰਾਹਮ ਨੇ ਆਪਣੇ ਜਵਾਨਾਂ ਨੂੰ ਆਖਿਆ ਤੁਸੀਂ ਇੱਥੇ ਗਧੇ ਦੇ ਕੋਲ ਬੈਠੇ ਰਹੋ ਮੈਂ ਔਰ ਇਹ ਮੁੰਡਾ ਥੋੜੀ ਦੂਰ ਅੱਗੇ ਜਾਵਾਂਗੇ ਅਗੇ ਮੱਥਾ ਟੇਕ ਕੇ ਤੁਹਾਡੇ ਕੋਲ ਮੁੜਾਵਾਂਗੇ ਇਬਰਾਹਿਮ ਨੇ ਹੋਮ ਦੀ ਬਲੀ ਦੀਆਂ ਲੱਕੜੀਆਂ ਲੈ ਕੇ ਆਪਣੇ ਪੁੱਤਰ ਇਜ਼ਹਾਕ ਨੂੰ ਚੁਕਾ ਦਿੱਤੀਆਂ ਅਤੇ ਆਪਣੇ ਹੱਥ ਵਿੱਚ ਅਗਨੀ ਔਰ ਛੁਰੀ ਫੜ ਲਈ ਔਰ ਦੋਵੇਂ ਇਕੱਠੇ ਤੁਰੇ ਗਏ ਤਾਂ ਇਜ਼ਹਾਕ ਨੇ ਆਪਣੇ ਪਿਤਾ ਇਬਰਾਹਿਮ ਨੂੰ ਆਖਿਆ ਪਿਤਾ ਜੀ ਉਸ ਆਖਿਆ ਪੁੱਤਰ ਕੀ ਗੱਲ ਹੈ ਉਸ ਆਖਿਆ ਵੇਖ ਅਗਨੀ ਔਰ ਲੱਕੜੀਆਂ ਤਾਂ ਹਨ ਪਰ ਹੋਮ ਬਲੀ ਲਈ ਲੀਲਾ ਕਿੱਥੇ ਹੈ ابراہام نے ਆਖਿਆ اے میرے ਪੁੱਤਰ ਪਰਮੇਸ਼ਵਰ ਹੋਮ ਵਲੀ ਲਈ ਲੇਲਾ ਆਪ ਹੀ ਦੇਊਗਾ ਤਾਂ ਉਹ ਦੋਵੇਂ ਇਕੱਠੇ ਤੁਰੇ ਗਏ ਉਹ ਉਸ ਥਾਂ ਉੱਤੇ ਜਾ ਪੁੱਜੇ ਜਿਹੜੀ ਪਰਮੇਸ਼ਵਰ ਨੇ ਉਹਨੂੰ ਦੱਸੀ ਸੀ ਉੱਥੇ ابراہیم ਨੇ ਇੱਕ ਜਗਵੇਦੀ ਬਣਾਈ ਔਰ ਉਸ ਉੱਤੇ ਲੱਕੜੀਆਂ ਚੁਣ ਦਿੱਤੀਆਂ ਔਰ ਆਪਣੇ ਪੁੱਤਰ ਅਜ਼ਹਾਕ ਨੂੰ ਬੰਨ੍ਹ ਕੇ ਜਗਵੇਦੀ ਉੱਪਰ ਲੱਕੜੀਆਂ ਦੇ ਉੱਤੇ ਰੱਖ ਦਿੱਤਾ ਤਾਂ ਜਿਵੇਂ ਅਬਰਾਮ ਨੇ ਆਪਣਾ ਹੱਥ ਕੱਢ ਕੇ ਛੁਰੀ ਫੜੀ ਕਿ ਆਪਣੇ ਪੁੱਤਰ ਨੂੰ ਕੋਹੇ ਤਾਂ ਯਹੋਵਾ ਦੇ ਦੂਤ ਨੇ ਉਹਨੂੰ ਆਕਾਸ਼ ਤੋਂ ਪੁਕਾਰਿਆ ਅਬਰਾਹਮ ਅਬਰਾਹਮ ਉਸ ਉੱਤਰ ਦਿੱਤਾ ਮੈਂ ਹਾਜ਼ਰ ਹਾਂ ਉਸ ਆਖਿਆ ਤੂੰ ਇਸ ਮੁੰਡੇ ਨੂੰ ਹੱਥ ਨਾਲ ਆ ਅਤੇ ਨਾ ਹੀ ਉਸ ਨਾਲ ਕੁਝ ਕਰ ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ਵਰ ਤੋਂ ਭੈ ਖਾਂਦਾ ਹਾਂ ਕਿਉਂਕਿ ਤੈ ਆਪਣੇ ਪੁੱਤਰ ਹਾ ਆਪਣੇ ਇਕਲੋਤੇ ਪੁੱਤਰ ਦਾ ਵੀ ਮੇਥੋਂ ਸਰਫਾ ਨਹੀਂ ਕੀਤਾ ਜਦ ਅਬਰਾਹਮ ਨੇ ਆਪਣੀ ਅੱਖਾਂ ਚੁੱਕ ਕੇ ਡਿੱਠਾ ਤਾਂ ਵੇਖੋ ਉਹਦੇ ਪਿੱਛੇ ਇੱਕ ਛਤਰਾ ਸੀ ਜਿਹਦੇ ਸਿੰਘ ਇੱਕ ਝਾੜੀ ਵਿੱਚ ਫਸੇ ਹੋਏ ਸਨ ਤਾਂ ਅਬਰਾਹਮ ਗਿਆ ਔਰ ਛਤਰੇ ਨੂੰ ਫੜ ਕੇ ਲੈ ਆਂਦਾ ਔਰ ਉਸ ਨੂੰ ਆਪਣੇ ਪੁੱਤਰ ਦੀ ਥਾਂ ਹੋਮ ਦੀ ਬਲੀ ਚੜਾਇਆ ਤਾਂ ਅਬਰਾਹਮ ਨੇ ਉਸ ਥਾਂ ਦਾ ਨਾਮ ਯਹੋਵਾ ਯਿਰਹਾ ਰੱਖਿਆ ਜਿਹੜਾ ਅੱਜ ਤੀਕ ਅਖੀਦਾ ਹੈ ਕਿ ਯਹੋਵਾ ਦੇ ਪਰਬਤ ਉੱਤੇ ਦਿੱਤਾ ਜਾਵੇਗਾ ਫਿਰ ਯਹੋਵਾ ਦੇ ਦੂਤ ਨੇ ਅਕਾਸ਼ੋਂ ਅਬਰਾਹਮ ਨੂੰ ਦੂਜੀ ਵਾਰ ਸੱਦਿਆ ਅਤੇ ਆਖਿਆ ਮੈਂ ਆਪ ਆਪਣੇ ਸਹਾਂ ਖਾਧੀ ਹੈ ਯਹੋਵਾ ਦਾ ਵਾਕ ਹੈ ਕਿਉਂਕਿ ਤੈਂ ਇਹ ਕੰਮ ਕੀਤਾ ਅਤੇ ਆਪਣੇ ਪੁੱਤਰ ਸਗੋਂ ਆਪਣੇ ਇਕਲੌਤੇ ਦਾ ਵੀ ਸਰਫਾ ਨਹੀਂ ਕੀਤਾ ਸੋ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਔਰ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨੀ ਔਰ ਸਮੁੰਦਰ ਦੇ ਕੰਡੇ ਦੀ ਰੇਤ ਵਾਂਗ ਅਤਿ ਵਧਾਵਾਂਗਾ ਔਰ ਤੇਰੀ ਅੰਸ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ ਅਤੇ ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਕਿ ਮੈਂ ਤੇਰੇ ਬੋਲ ਨੂੰ ਸੁਣਿਆ ਹੈ ਤਾਂ ਅਬਰਾਹਮ ਆਪਣੇ ਜਵਾਨਾਂ ਕੋਲ ਮੁੜ ਆਇਆ ਅਤੇ ਉਹ ਉੱਠ ਕੇ ਬੈਰ ਸਭਾ ਨੂੰ ਇਕੱਠੇ ਚਲੇ ਆਏ ਔਰ ਇਬਰਾਹਿਮ ਬੇਰਸਵਾ ਵਿੱਚ ਆਟ ਗਿਆ ਇਹਨਾਂ ਗੱਲਾਂ ਦੇ ਪਿੱਛੋਂ ਐ ਹੋਇਆ ਕਿ ਇਬਰਾਹਿਮ ਨੂੰ ਦੱਸਿਆ ਗਿਆ ਕਿ ਵੇਖ ਮਿਲਕਾ ਵੀ ਤੇਰੇ ਭਰਾ ਨ ਹੋਰ ਲਈ ਪੁੱਤਰਾਂ ਨੂੰ ਜਣੀ ਹੈ ਅਰਥਾਤ ਉਹ ਉਸ ਦਾ ਪਲੋਠੀ ਦਾ ਅਤੇ ਉਸ ਦਾ ਭਰਾ ਬੂਜ਼ ਅਤੇ ਕਮੂਏਲ ਆਰਾਮ ਦਾ ਪਿਤਾ ਅਤੇ ਕਸਦ ਔਰ ਹਜ਼ੋ ਔਰ ਪਿਲਦਾਸ ਔਰ ਯਦਲਾਫ ਔਰ ਬਥੂਏਲ ਔਰ ਬਸੂਇਲ ਦੇ ਰਬਕਾ ਜਮੀ ਇਹ ਅੱਠ ਮਿਲ ਕਾ ਅਬਰਾਹਮ ਦੇ ਭਰਾ ਨਹੋਰ ਤੋਂ ਜਣੀ ਅਤੇ ਉਹਦੀ ਥਰੇਲ ਜਿਸ ਦਾ ਨਾਮ ਰੁਮਾਸੀ ਉਹ ਵੀ ਤਬਾ ਔਰ ਗਹਿਮ ਔਰ ਤਹਸ਼ ਔਰ ਮਕਾਨ ਹੋ ਜਣੀ